ਘੋੜੇ ਦੇ ਮੂਹਰੇ ਹਿਣਕਦਾ ਆ ਕਿਹੜਾ ਨੀ ਕੱਲਾ ਆ ਗੱਭਰੂ ਤੇ ਕੱਲਾ ਬਥੇਰਾ ਨੀ। ਸੋ ਹੇ ਗਾਇਜ਼, ਕੀ ਹਾਲ ਚਾਲ ਹੈ? ਸਭ ਤੋਂ ਸਾਰੇ ਵਧੀਆ ਹੋਵੋਗੇ। ਔਨ ਚੇਜ਼ ਰੂਪੀ ਗਰੇ ਆਲ ਬਾਈ ਆਪਣਾ ਹੈ, ਬਾਈ ਦਾ ਪਹਿਲਾ ਟਰੈਕ ਆ। ਬਾਈ ਨੇ ਕੋਸ਼ਿਸ਼ ਕੀਤੀ ਆਪਣੇ ਬੈਸਟ ਤੋਂ ਬੈਸਟ ਦੇਣ ਦੀ। ਲੈਸ ਚੈੱਕ ਇਟ, ਠੀਕ ਹੈ? ਕੁਝ ਕਮੀਆਂ ਵੀ ਕੱਢਾਂਗੇ, ਕੁਝ ਵਧੀਆ ਚੀਜ਼ਾਂ ਵੀ ਦੱਸਾਂਗੇ, ਜੋ ਵੀ ਜਿਵੇਂ ਵੀ ਹੋਊਗਾ ਦਿਲ ਤੋਂ ਸਿੱਧੀ ਗੱਲ ਦੱਸਾਂਗੇ। ਮਿਊਜ਼ਿਕ ਬਾਈ JS ਪ੍ਰੋਡਕਸ਼ਨਸ, ਲੈਸ ਚੈੱਕ ਇਟ। ਓਕੇ, ਨਾਈਸ ਪੈਟਰਨ। ਯਾਰ ਇਹ ਜਿਹੜੀ ਗੈਂਗਸਟਾ ਜੀ ਵਾਈਬ ਆਉਂਦੀ ਆ ਨਾ ਸਟਾਰਟਿੰਗ ਦੇ ਵਿੱਚ, ਇਹ ਚੀਜ਼ ਬਹੁਤ ਵਧੀਆ ਲੱਗਦੀ ਮੈਨੂੰ ਕਈ ਗਾਣਿਆਂ ਦੀ। ਪੈਟਰਨ ਕਿੰਨਾ ਸੋਹਣਾ ਹੈ। ਚਾਰ ਹੁੰਦੀ ਤੇਜ ਰਫਤਾਰੇ ਆਉਂਦੇ ਧੂੜਾ ਪੱਟਣੀ ਗੱਲਾਂ ਕਰਦਾ ਜਮਾਨਾ ਵਿੱਚ ਚਰ ਚਿਰ ਕਾਨਾ ਦੂਰੋਂ ਲੱਗ ਜਾਂਦਾ ਪਤਾ ਜਦੋਂ ਆਉਂਦੇ ਜੱਟਣੀ ਗੱਲਾਂ ਕਰਦਾ ਜਮਾਨਾ ਵਿੱਚ ਚਰ ਚਿਰ ਕਾਨਾ ਦੂਰੋਂ ਲੱਗ ਜਾਂਦਾ ਪਤਾ ਜਦੋਂ ਆਉਂਦੇ ਜੱਟਣੀ। ਨਾਈਸ ਨਾਈਸ ਨਾਈਸ, ਫਲੋ ਵੀ ਨਾਈਸ ਹੈ ਯਾਰ ਬਾਈ ਦਾ, ਵੋਕਲ ਟੋਨ ਵੀ ਨਾਈਸ ਹੈ, ਹਲਕਾ ਹਲਕਾ ਜਿਹਾ ਹੋਰ ਖਿੱਚ ਕੇ ਗਾਇਆ ਹੋ ਸਕਦਾ ਸੀ, ਬਾਕੀ ਠੀਕ ਹੈ। ਲੋ ਰਾਈਡ ਹਾਈ ਥਿੰਕ ਛਪੀ ਬਾਹਾਂ ਉੱਤੇ ਇੱਕ ਹੁੰਦੀ ਨਾਗਣੀ ਦੀ ਲੋਰ ਅੱਖ ਕਰੇ ਨਾ ਬਲਿੰਕ ਮੁੰਡੇ ਡਾਊਨ ਟੂ ਅਰਥ ਬੈਠੇ ਟੋਪੀ ਉੱਤੇ ਸਿਰ ਹਿੱਲਦੇ ਨੇ ਲਾਊਡ ਹਿਪ ਹੌਪੀ ਉੱਤੇ ਕੰਨੀ ਨੱਤੀਆਂ ਤੇ ਅੱਖਾਂ ਉੱਤੇ ਛੇੜ ਕਾਲੇ। ਹਾਏ 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 ਯਾਰ, JS ਪ੍ਰੋਡਕਸ਼ਨ ਦੀ ਇੱਕ ਵਾਰ ਤਾਂ ਬਾਈ ਹੋ ਜਾਂਦੀ ਹੈ ਨਾ, ਮਤਲਬ ਤਾਰੀਫ ਬਣਦੀ ਹੈ। ਪਤੰਦਰਾਂ ਨੇ ਬਹੁਤ ਸੋਹਣੇ ਐਸ ਐਫ ਐਕਸ, ਬਹੁਤ ਸੋਹਣਾ ਲਾਈਕ ਬਣਾਇਆ ਤਿਆਰ ਖੂਨ ਸਿਰ ਤੇ ਸਵਾਰ ਥੱਲੇ ਕਾਲੀ ਕਾਲੀ ਕਾਰ ਵਿੱਚ ਯਾਰ ਬੈਠੇ ਚਾਰ ਹੁੰਦੀ ਤੇਜ ਰਫਤਾਰ ਆਉਂਦੇ ਧੂੜਾ ਪੱਟਣੀ ਗੱਲਾਂ ਕਰਦਾ ਜਮਾਨਾ ਵਿੱਚ ਚਰ ਚਿਰ ਕਾਨਾ ਦੂਰੋਂ ਲੱਗ ਜਾਂਦਾ ਪਤਾ ਜਦੋਂ ਆਉਂਦੇ ਜੱਟਣੀ ਗੱਲਾਂ ਕਰਦਾ ਜਮਾਨਾ ਵਿੱਚ ਚਰ ਚਿਰ ਕਾਨਾ ਦੂਰੋਂ ਲੱਗ ਜਾਂਦਾ ਪਤਾ ਜਦੋਂ ਆਉਂਦੇ ਜੱਟਣੀ। ਨਾਈਸ, ਕੁਝ ਨਹੀਂ, ਕੋਈ 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 ਚੇਂਜਸ ਦੀ ਲੋੜ ਨਹੀਂ ਹੈਗੀ ਗਾਣੇ ਨੂੰ। ਹਲਕਾ ਜਮਾ ਹਲਕਾ ਜਿਹਾ ਨਾ, ਥੋੜ੍ਹਾ ਹੋਰ ਜਿਹਨੂੰ ਆਪਾਂ ਕਹਿੰਦੇ ਨਾ, ਥੋੜ੍ਹਾ ਜਿਹਾ ਹਲਕਾ ਜਿਹਾ ਖਿੱਚ ਕੇ ਰੈਪ ਕੀਤਾ ਹੁੰਦਾ, ਬਸ ਬਸ। ਫਿਰ ਇਸ ਗਾਣੇ 'ਚ ਕੋਈ ਕਮੀ ਨਹੀਂ ਸੀਗੀ, ਸਿਰਫ 1% ਹੋਰ ਖਿੱਚਿਆ ਜਾ ਸਕਦਾ ਸੀਗਾ ਗਾਣਾ, ਮਤਲਬ ਖਿੱਚਿਆ ਇਨ ਦਾ ਸੈਂਸ ਕਿ ਥੋੜ੍ਹੀ ਹੋਰ ਗੱਡ ਕੇ ਕੀਤਾ ਜਾ ਸਕਦਾ ਸੀਗਾ ਰੈਪ। ਉਹ ਅਗਲੀ ਵਾਰੀ ਬਾਈ ਮੈਨੂੰ ਪਤਾ, ਬਾਈ ਦੇਖ ਕੇ ਜ਼ਰੂਰ ਸਮਝੂਗਾ ਚੀਜ਼ ਨੂੰ। ਘੋੜੇ ਖੱਚਰਾਂ 'ਚ ਹੁੰਦਾ ਆ ਫਰਕ, ਮੇਰੀ ਗੱਲ ਦਾ ਤਰਕ ਕਦੇ ਕਰੀ ਨਾ ਫਜੂਲ, ਲੱਗੇ ਡੱਬਾ ਉੱਤੇ ਟੂਲ, ਰਹਿਣ ਰੱਬ ਦੇ ਸ਼ਿਕਾਰ ਨਾਲ ਭੱਜੇ ਸੀ ਬਥੇਰੇ ਕੀਤੇ ਰੇਸ ਵਿੱਚੋਂ ਬਾਹਰ। ਵਰਡ ਪਲੇ ਵੀ ਕੀਤਾ ਹੋਇਆ ਇਹਨਾਂ ਵਿੱਚ ਹੈ ਨਾ, ਹੂਐਵਰ ਕਮਸ ਹੂਐਵਰ ਇਟ ਇਜ਼ ਆਲ ਕਿਲ ਦਮ ਆਲ ਕਿਲ ਦਮ। ਕਦੇ ਮਨ ਦੇ ਨਾ ਹਾਰ ਕੰਮ ਹੁੰਦੇ ਯਾਰ ਪਾਰ, 24/7 ਨੇ ਤਿਆਰ ਖੂਨ ਸਿਰ ਤੇ ਸਵਾਰ ਥੱਲੇ ਕਾਲੀ ਕਾਲੀ ਕਾਰ ਵਿੱਚ ਯਾਰ ਬੈਠੇ ਚਾਰ ਹੁੰਦੀ ਤੇਜ ਰਫਤਾਰ ਆਉਂਦੇ ਧੂੜਾ ਪੱਟਣੀ ਗੱਲਾਂ ਕਰਦਾ ਜਮਾਨਾ ਵਿੱਚ ਚਰ ਚਿਰ ਕਾਨਾ ਦੂਰੋਂ ਲੱਗ ਜਾਂਦਾ ਪਤਾ ਜਦੋਂ ਆਉਂਦੇ ਜੱਟਣੀ ਗੱਲਾਂ ਕਰਦਾ ਜਮਾਨਾ ਵਿੱਚ ਚਰ ਚਿਰ ਕਾਨਾ ਦੂਰੋਂ ਲੱਗ ਜਾਂਦਾ ਪਤਾ ਜਦੋਂ ਆਉਂਦੇ ਜੱਟਣੀ। Now that was something, a good shit bro. Nice comeback. ਖਿੱਚ ਕੇ ਰੱਖ ਯਾਰ, ਸੌਂ ਲੱਗੇ, ਮਜ਼ਾ ਆ ਗਿਆ ਗਾਣਾ ਸੁਣ ਕੇ।
ਅਤੇ ਇੱਦਾਂ ਹੀ ਵਰਕ ਕਰ, ਖਿੱਚ ਕੇ ਰੱਖ ਕੰਮ ਨੂੰ, ਬੈਕ ਟੂ ਬੈਕ ਗਾਣੇ ਸੱਟ ਆ, ਲਾਈਕ ਕੋਈ ਵੀਡੀਓ ਕਰਨ ਦੀ ਲੋੜ ਨਹੀਂ, ਇੱਦਾਂ ਇਸੇ ਤਰੀਕੇ ਨਾਲ ਹਰ ਕਦੇ ਵਿਜੂਅਲ ਹੋਰ ਵਧੀਆ ਕਰ ਸਕਦਾ, ਲਾਈਕ ਵਿਜੂਅਲਸ ਉਸ ਕਰ ਲਓ, ਜਿਵੇਂ ਗੱਡੀ ਥੋੜ੍ਹੀ ਚੱਲ ਫਿਰ ਰਹੀ ਹੈ ਉਸ ਤਰੀਕੇ ਨਾਲ, ਜਾਂ AI ਸ਼ੋਟਸ ਅਤੇ ਦੂਜੇ ਤਰੀਕੇ ਦੇ ਬਣਾ ਲਓ, ਹੈ ਨਾ, ਥੋੜ੍ਹੀ ਜਿਵੇਂ ਆਪਾਂ ਕੀ ਕਹਿ ਸਕਦੇ ਹਾਂ ਉਹਨੂੰ ਯਾਰ, ਕਿਹੜਾ ਆਰਟ ਹੁੰਦਾ, ਵਿਜੂਅਲ ਆਰਟ ਟਾਈਪ ਦੂਜੇ ਤਰੀਕੇ ਨਾਲ, ਲਾਈਕ ਅਸਲੀ ਵੀਡੀਓ ਨਾ ਹੋਵੇ, ਜਸਟ ਉਹਦੇ ਨਾਲ ਬਣਾਈ ਹੋਵੇ, ਹੈ ਨਾ, ਵਿਜੂਅਲਾਈਜ਼ਰ ਦੇ ਨਾਲ ਉੱਦਾਂ ਦੀ ਵੀਡੀਓ ਬਣਾ ਸਕਦੇ ਹੋ, ਸੋ ਇਹ ਚੀਜ਼ ਹੈਗੀ ਬਸ, ਤਾਂ ਜ਼ਿਆਦਾ ਕੁਛ ਨਹੀਂ, ਇਹ ਚੀਜ਼ਾਂ ਨੇ ਛੋਟੀ ਛੋਟੀ ਚੀਜ਼ਾਂ, ਅਗਲੇ ਗਾਣੇ ਮੈਨੂੰ ਪਤਾ ਆਰਾਮ ਨਾਲ ਸੈੱਟ ਹੋ ਜਾਣਗੀਆਂ, ਅਤੇ ਬਾਈ ਬੈਕ ਟੂ ਬੈਕ ਲਗਾਤਾਰ ਗਾਣੇ ਸੁੱਟੋ, ਲੋਕ ਪੱਕਾ ਪਿਆਰ ਕਰਨਗੇ। ਸਤਿ ਸ਼੍ਰੀ ਅਕਾਲ।